ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਜੀ ਠੀਕ ਠਾਕ ਹੋ? ਅਤੇ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ। ਇਟਲੀ ਦੇ ਵਿੱਚ ਪੇਪਰ ਖੁੱਲ੍ਹੇ ਆ ਨਾ, ਜਿੱਦਾਂ ਸਾਰਿਆਂ ਨੂੰ ਪਤਾ। ਦੇਖੋ ਜੀ, ਪਹਿਲੀ ਗੱਲ ਬਹੁਤ ਜ਼ਰੂਰੀ ਆ, ਤੁਹਾਡੇ ਇਹ ਗੱਲਾਂ ਬਹੁਤ ਜ਼ਰੂਰੀ ਆ ਤੁਹਾਡੇ ਸਮਝਣ ਦੇ ਲਈ। ਜੇ ਤੁਸੀਂ ਇੱਧਰ ਆਉਣ ਦੇ ਚਾਹਵਾਨ ਹੋ, ਆਉਣਾ ਚਾਹੁੰਦੇ ਹੋ, ਬਹੁਤ ਜ਼ਰੂਰੀ ਆ ਤੁਹਾਡੇ ਲਈ ਇਹ ਗੱਲਾਂ ਸੁਣਨੀਆਂ। ਸੁਣਨੀਆਂ ਵੀ ਜ਼ਰੂਰੀ ਆ, ਸਮਝਣੀਆਂ ਵੀ ਜ਼ਰੂਰੀ ਆ। ਹੁਣ ਦੇਖੋ, ਅਤੇ ਆਪਾਂ ਸੋਚਦੇ ਹਾਂ ਆਪਾਂ ਪੇਪਰ ਭਰਾਉਣੇ ਆ, ਸਾਡੇ ਪੇਪਰ ਨਿਕਲ ਹੀ ਆਉਣੇ। 100% ਸੋਚ ਕੇ ਇਹ ਬੈਠ ਜਾਂਦੇ ਹਾਂ ਆਪਾਂ ਕਿ ਸਾਡੇ ਪੇਪਰ ਨਿਕਲ ਆਉਣੇ ਆ, ਹੈ ਨਾ। ਤੁਸੀਂ ਲੱਖ ਵਾਰੀ ਭਰਾਓ ਪੇਪਰ, ਪਰ ਮੇਰੀ ਇੱਕ ਗੱਲ ਆਪਣੇ ਦਿਮਾਗ 'ਚ ਰੱਖਿਓ ਕਿ ਸਾਰਿਆਂ ਦੇ ਪੇਪਰ ਨਹੀਂ ਨਿਕਲਦੇ। ਤੁਹਾਨੂੰ ਤੁਸੀਂ ਜਿਹਦੇ ਕੋਲ ਵੀ ਪੇਪਰ ਭਰਾਉਂਦੇ ਹੋ, ਏਜੰਟ ਕੋਲ ਭਰਾਉਂਦੇ ਹੋ ਜਾਂ ਕਿਸੇ ਵੀ ਬੰਦੇ ਕੋਲ ਭਰਾਉਂਦੇ ਹੋ, ਉਹ ਇਹੀ ਕਹਿੰਦਾ ਵਾ ਕਿ ਤੁਹਾਡੇ ਪੇਪਰ ਨਿਕਲ ਆਉਣਗੇ, ਇੰਨੇ ਪੈਸੇ ਦੇ ਦਿਓ ਐਡਵਾਂਸ। ਠੀਕ ਆ, ਮੈਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਫਸ ਨਾ ਜਾਇਓ ਕਿਤੇ ਇਹ ਚੱਕਰਾਂ ਦੇ ਵਿੱਚ। ਬਹੁਤ ਭੈਣ ਭਰਾ ਫਸੇ ਹੋਏ ਆ, ਬਹੁਤ ਭਰਾ ਫਸੇ ਹੋਏ ਆ, ਇੱਕ ਨਹੀਂ ਦੋ ਨਹੀਂ। ਕਿਸੇ ਨੇ 2 ਲੱਖ ਦਿੱਤਾ, ਕਿਸੇ ਨੇ 4 ਲੱਖ ਦਿੱਤਾ, ਕਿਸੇ ਨੇ 5 ਲੱਖ ਦਿੱਤਾ। ਪੇਪਰਾਂ ਦਾ ਹਜੇ ਕੋਈ ਅਤਾ ਪਤਾ ਨਹੀਂ, ਨਿਕਲਣੇ ਆ ਨਹੀਂ ਨਿਕਲਣੇ। ਹੁਣ ਧਿਆਨ ਨਾਲ ਗੱਲ ਸਮਝਿਓ ਮੇਰੀ। ਦੇਖੋ, ਇਟਲੀ ਦੇ ਵਿੱਚ ਕੋਟਾ ਵਾ ਸਿਰਫ 20,000 ਬੰਦਿਆਂ ਦਾ। ਠੀਕ ਆ, 20,000 ਬੰਦਿਆਂ ਦਾ ਕੋਟਾ ਵਾ ਕਿ 20,000 ਬੰਦਿਆਂ ਦੇ ਪੇਪਰ ਨਿਕਲਣੇ ਆ। ਪਰ ਭਾਰ ਪਤਾ ਕਿੰਨੇ ਹੋ ਰਹੇ? 2 ਲੱਖ, 2.5 ਲੱਖ ਬੰਦੇ ਦੇ ਪੇਪਰ ਭਾਰ ਹੋ ਰਹੇ। ਹੁਣ ਤੁਸੀਂ ਇਹ ਆਪ ਸੋਚੋ ਕਿ 2-2.5 ਲੱਖ 'ਚੋਂ ਸਿਰਫ 20,000 ਬੰਦਿਆਂ ਦੇ ਪੇਪਰ ਨਿਕਲਣੇ ਆ, ਸਾਰਿਆਂ ਬੰਦਿਆਂ ਦੇ ਜਿੰਨਿਆਂ ਦੇ ਭਰੇ ਗਏ ਆ ਉਹ ਨਿਕਲ ਆਉਣਗੇ ਪੇਪਰ, ਪਹਿਲੀ ਗੱਲ। ਕਿਉਂਕਿ ਬੜੇ ਵੀਰਾਂ ਨੇ ਪੇਪਰ ਭਰੇ ਆ, ਜਿਨ੍ਹਾਂ ਦੇ ਨਹੀਂ ਨਿਕਲ ਰਹੇ ਉਹ ਹਮੇਸ਼ਾ ਪੁੱਛਦੇ ਆ ਕਿ ਪੇਪਰ ਕਦੋਂ ਨਿਕਲਣਗੇ, ਭਰੇ ਆ ਪੇਪਰ ਕਦੋਂ ਨਿਕਲਣਗੇ। ਬਾਈ ਜੀ, ਆਪਾਂ ਮੇਰੀਆਂ ਗੱਲਾਂ ਹੁੰਦੀਆਂ ਸਿੱਧੀਆਂ ਅਤੇ ਸਾਫ਼, ਹੈ ਨਾ। ਆਪਣਾ ਚਲੋ ਇਹ ਹੈ ਕਿ ਤੁਹਾਡੇ ਹੈਲਪ ਦੇ ਲਈ ਮੈਂ ਵੀਡੀਓ ਬਣਾਉਂਦਾ, ਹੈ ਨਾ। ਅਤੇ ਹੁਣ ਗੱਲ ਸੁਣਿਓ ਤੁਸੀਂ ਧਿਆਨ ਨਾਲ ਇਹ ਕਿ ਇੱਥੇ ਹੁਣ ਕੰਮਾਂ ਦੇ ਹਾਲਾਤ ਕੀ ਆ, ਇਹ ਵੀ ਤੁਸੀਂ ਜਾਣ ਲਿਓ ਆਪਾਂ। ਅਤੇ ਹੁਣ ਹਾਂ, ਸਭ ਤੋਂ ਜ਼ਰੂਰੀ ਗੱਲ ਫਿਰ ਮੇਰੇ ਦਿਮਾਗ 'ਚ ਭੁੱਲ ਜਾਣੀ, ਮੈਂ ਪਹਿਲਾਂ ਕਰ ਲਵਾਂ ਤੁਹਾਡੇ ਨਾਲ। ਹੁਣ ਦੇਖੋ, ਤੁਸੀਂ ਇਹ ਤੁਹਾਨੂੰ ਕਹਿੰਦੇ ਕਿ ਪੇਪਰ ਨਿਕਲ ਆਉਣਗੇ, ਪੱਕਾ 100% ਪੇਪਰ ਨਿਕਲਣਗੇ ਨਿਕਲਣਗੇ, ਸਾਨੂੰ 2 ਲੱਖ 4 ਲੱਖ ਐਡਵਾਂਸ ਦੇ ਦਿਓ। ਤੁਸੀਂ ਕੀ ਕਰਦੇ ਹੋ? ਚੱਕ ਕੇ ਐਡਵਾਂਸ ਦੇ ਦਿੰਦੇ ਹੋ, ਬਿਨਾਂ ਕੁਛ ਸਮਝੇ, ਬਿਨਾਂ ਕੁਛ ਪੁੱਛੇ, ਬਿਨਾਂ ਨੌਲੇਜ ਤੋਂ ਤੁਸੀਂ ਦੇ ਦਿੰਦੇ ਆ। ਕਿਉਂਕਿ ਉਹ ਤੁਹਾਨੂੰ ਕਹਿੰਦਾ ਕਿ 100% ਨਿਕਲਣੇ ਨਿਕਲਣੇ ਆ, 110% ਆ ਕਿ ਨਿਕਲਣਗੇ ਨਿਕਲਣਗੇ ਪੇਪਰ, ਅਤੇ ਤੁਸੀਂ ਉਹਨੂੰ ਐਡਵਾਂਸ ਪੈਸੇ ਦੇ ਦਿੰਦੇ ਹੋ, ਫਿਰ ਤੁਹਾਡੇ ਐਡਵਾਂਸ ਪੈਸੇ ਫਸ ਜਾਂਦੇ ਆ। ਫਿਰ ਤੁਸੀਂ ਕਹਿੰਦੇ, ਤੁਸੀਂ ਹਮੇਸ਼ਾ ਉਹਨੂੰ ਪੁੱਛਦੇ ਰਹਿੰਦੇ, ਫਿਰ ਤੁਸੀਂ ਆਲੇ ਦੁਆਲੇ ਸਾਰਿਆਂ ਨੂੰ ਮੈਸੇਜ ਕਰਨੇ ਸ਼ੁਰੂ ਕਰਦੇ ਹੋ, ਜਿਹੜੇ ਇਟਲੀ ਦੇ ਜਿਹੜੇ ਵੀ ਵੀਰ ਭਰਾ ਵੀਡੀਓ ਪਾਉਂਦੇ ਆ ਜਾਂ ਕੋਈ ਵੀ, ਹੈ ਨਾ, ਕਿ ਪੇਪਰ ਕਦੋਂ ਨਿਕਲਣੇ, ਪੇਪਰ ਕਦੋਂ ਨਿਕਲਣੇ, ਅਸੀਂ ਪੈਸੇ ਦਿੱਤੇ ਹੋਏ, ਅਸੀਂ ਪੈਸੇ ਦਿੱਤੇ ਹੋਏ ਆ। ਅਤੇ ਸਾਡੇ ਵਾਲਾ ਬੰਦਾ ਤਾਂ ਕਹਿੰਦਾ ਸੀ ਕਿ ਜਲਦੀ ਨਿਕਲ ਆਉਣਗੇ, ਕਿ 100% ਨਿਕਲਣੇ ਨਿਕਲਣਗੇ। ਬਾਈ ਜੀ, ਮੇਰੀ ਗੱਲ ਇੱਥੇ ਬਿਠਾ ਲਓ, ਜਿੰਨੇ ਵੀਡੀਓ ਦੇਖ ਰਹੇ ਇੱਥੇ ਬਿਠਾ ਲਓ ਕਿ ਹਰ ਇੱਕ ਬੰਦੇ ਦੇ ਪੇਪਰ ਨਹੀਂ ਨਿਕਲਣੇ, ਹਰ ਇੱਕ ਬੰਦੇ ਦੇ ਪੇਪਰ ਨਹੀਂ ਨਿਕਲਦੇ ਆ। ਇਸ ਗੱਲ ਕਰਕੇ ਤੁਸੀਂ ਐਡਵਾਂਸ ਪੈਸੇ ਦੇਣੇ ਛੱਡ ਦਿਓ, ਐਡਵਾਂਸ ਪੈਸੇ ਨਾ ਦਿਓ ਤੁਹਾਡੇ ਪੈਸੇ। ਚਲੋ, ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਸਾਰੇ ਮਾੜੇ ਹੀ ਆ ਵੀਰ ਜਿਹੜੇ ਪੇਪਰ ਭਰਦੇ ਆ, ਬਹੁਤ ਵਧੀਆ ਇਨਸਾਨ ਵੀ ਆ ਇੱਥੇ ਜਿਹੜੇ ਐਡਵਾਂਸ ਪੈਸੇ ਨਹੀਂ ਲੈਂਦੇ, ਜਾਂ ਜਿਹੜੇ ਲੈਂਦੇ ਆ ਬਾਅਦ 'ਚ ਵਾਪਸ ਵੀ ਕਰ ਦਿੰਦੇ ਆ, ਨਹੀਂ ਨਿਕਲਦੇ ਆ, ਕੁਛ ਟਾਈਮ ਵੇਟ ਕਰਦੇ ਆ। ਥੋੜ੍ਹਾ ਬਹੁਤ ਉਹਨਾਂ ਦਾ ਜਿੰਨਾ ਵਕੀਲ ਦਾ ਖਰਚਾ ਆਇਆ ਹੁੰਦਾ ਜਾਂ ਜਿੰਨਾ ਕਿੱਟ ਜਮ੍ਹਾਂ ਕਰਵਾਉਣ 'ਤੇ ਆਇਆ ਹੁੰਦਾ, ਪੇਪਰ ਭਰਨ 'ਤੇ ਆਇਆ ਹੁੰਦਾ, ਉਨੇ ਕੁ ਕੱਟ ਲੈਂਦੇ ਆ, ਬਾਕੀ ਦੇ ਦਿੰਦੇ ਆ। ਕੋਈ ਦੋ ਰਾਵਾਂ ਨਹੀਂ ਆ ਕਿ ਵਧੀਆ ਇਨਸਾਨ ਨਹੀਂ ਆ, ਹੈਲਪ ਨਹੀਂ ਕਰਦੇ, ਸਾਰਾ ਕੁਛ ਆ। ਪਰ ਬਾਈ ਜੀ, ਦੂਜੇ ਜ਼ਿਆਦਾ ਹੀ ਹੋ, ਵੱਢਣ ਵਾਲੇ ਜ਼ਿਆਦਾ ਹੀ ਹੋ। ਰੱਬ ਦੇ ਨੇਕ ਬੰਦੇ ਬਹੁਤ ਘੱਟ ਆ ਅਤੇ ਵੱਢਣ ਵਾਲੇ ਜ਼ਿਆਦਾ ਹੀ ਹੋ ਮੇਰੇ ਭਰਾ। ਤਾਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਇਸ ਚੀਜ਼ 'ਚੋਂ ਬਚਿਓ। ਹੁਣ 2 ਤਰ੍ਹਾਂ ਦੇ ਪੇਪਰ ਨਿਕਲਦੇ ਆ, ਇੱਕ 9 ਮਹੀਨੇ ਵਾਲੇ ਅਤੇ 1 ਸਾਲ ਵਾਲੇ। ਹੁਣ ਸਾਲ ਵਾਲੇ ਪੇਪਰ ਸਭ ਤੋਂ ਵਧੀਆ, ਜਿਹੜੇ 9 ਮਹੀਨੇ ਵਾਲੇ ਪੇਪਰ, ਜੇ ਸਾਲ ਵਾਲੇ ਪੇਪਰਾਂ 'ਤੇ ਆਉਂਦੇ ਹੋ ਤੁਸੀਂ, ਇਹ ਆ ਕਿ ਉੱਥੇ 6 ਮਹੀਨੇ ਥੋੜ੍ਹਾ ਟਾਈਮ ਕੰਮ ਨਹੀਂ ਤੁਸੀਂ ਕਰ ਸਕਦੇ, ਹੈ ਨਾ। ਉਸ ਤੋਂ ਬਾਅਦ ਤੁਹਾਡੇ ਪੇਪਰ ਆ ਜਾਂਦੇ ਆ, ਕਿੱਟ ਜਮ੍ਹਾਂ ਹੋ ਜਾਂਦੀ, ਤੁਹਾਨੂੰ ਰਿਸ਼ੀਪੁੱਤਾ ਮਿਲ ਜਾਂਦਾ, ਰਿਸ਼ੀਪੁੱਤਾ ਮਿਲ ਕੇ ਤੁਹਾਨੂੰ ਸੰਜੋਰ ਨੂੰ ਮਿਲ ਜਾਂਦੀ, ਫਿਰ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ। ਉਦੋਂ ਤੱਕ ਤੁਸੀਂ ਲੋਕ ਛੁੱਪ ਕੇ ਕਿਤੇ ਕੰਮ ਕਰ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਆ। ਪਰ ਪੇਪਰਾਂ 'ਤੇ 6-9 ਤੁਸੀਂ ਜੇ ਇੱਥੇ ਆ ਜਾਂਦੇ ਹੋ ਸਾਲ ਵਾਲੇ ਪੇਪਰਾਂ 'ਤੇ, ਤਾਂ ਇੱਥੇ ਆਣ ਕੇ ਆਉਂਦੇ ਕੰਮ ਨਹੀਂ ਕਰ ਸਕਦੇ, ਥੋੜ੍ਹਾ ਟਾਈਮ ਤੁਹਾਨੂੰ ਰੁਕਣਾ ਪਊਗਾ, ਵੇਟ ਕਰਨੀ ਪਊਗੀ ਜਦ ਤੱਕ ਤੁਹਾਡੇ ਪੇਪਰ ਨਹੀਂ ਮਿਲਦੇ। ਕਿਉਂਕਿ ਪੇਪਰਾਂ ਦੇ ਵਿੱਚ ਤੁਸੀਂ ਆਲਰੇਡੀ ਕੰਮ ਕਰ ਰਹੇ ਹੋ, ਕਿਉਂਕਿ ਤੁਹਾਡਾ ਕੰਟੈਕਟ ਕਰਕੇ ਤੁਹਾਨੂੰ ਇੱਥੇ ਸੱਦਿਆ ਗਿਆ ਕੰਮ ਦਾ, ਕਿ ਕੰਮ ਦੇ ਲਈ ਮੈਨੂੰ ਬੰਦਾ ਚਾਹੀਦਾ, ਫਿਰ ਤੁਸੀਂ ਇੱਥੇ ਆਉਂਦੇ ਹੋ। ਜਦੋਂ ਤੱਕ ਇਹ ਵੀਰ ਜਿਹਦੇ ਕੋਲ ਤੁਸੀਂ ਕੰਮ ਕਰ ਰਹੇ ਹੋ, ਜਿਹਨਾਂ ਤੁਹਾਨੂੰ ਸੱਦਿਆ, ਉਹ ਤੁਹਾਡਾ ਕਨੈਕਟ ਨਹੀਂ ਕਟਾ ਦਿੰਦਾ, ਤੁਹਾਨੂੰ ਪੇਪਰ ਨਹੀਂ ਮਿਲ ਜਾਂਦੇ, ਉਦੋਂ ਤੱਕ ਤੁਸੀਂ ਕਿਤੇ ਵੀ ਕੰਮ ਨਹੀਂ ਕਰ ਸਕਦੇ। ਅਤੇ ਅਗਲੀ ਗੱਲ ਆ ਜਾਂਦੀ ਹੈ 9 ਮਹੀਨੇ ਵਾਲੇ ਪੇਪਰਾਂ ਦੀ। 9 ਮਹੀਨੇ ਵਾਲੇ ਪੇਪਰਾਂ 'ਤੇ ਆਣ ਕੇ ਬੰਦਾ ਵੱਜ ਜਾਂਦਾ। ਪਹਿਲੀ ਗੱਲ, 9 ਮਹੀਨੇ ਵਾਲੇ ਪੇਪਰਾਂ 'ਤੇ ਗੱਲ ਕਰਕੇ ਆਇਓ, ਮੇਰੇ ਪੇਪਰ ਬਣਾਓ ਅਤੇ ਮੈਨੂੰ ਕੰਮ ਦਿਵਾਓ। 2 ਚੀਜ਼ਾਂ, 2 ਪੁਆਇੰਟ ਸਭ ਤੋਂ ਪਹਿਲਾਂ ਇਹ ਰੱਖ ਦਿਓ ਕਿ ਕੰਮ ਅਤੇ ਪੇਪਰ।
जे तुसी कल्ली एंट्री ते आउणा वा फिर ते मैं तुहानू सीधा सीधा कहूंगा मेरे भरा कि ना आयो, कोई फायदा नहीं बिना पेपरों तो भाई। 8-10 लाख ला के 12 लाख ला के तुसी इंडिया तो इत्थे आउंदे हो, ठीक है, फिर 8-10 लाख इत्थे आ के लाउंदे हो पेपर बनाउण ते, कोई फायदा हैगा? मैनू दस्सो कित्थे पहुंच जांदी आ गेम। ते ओह वी कोई पक्का पता नहीं है कि पेपर बनने आ जां नहीं बनने, कच्चे बंदे नूं कोई इत्थे गड्डी च नहीं बिठाउंदा यार, बहुत कुछ सोचण, कच्चे बंदे नूं बहुत मुश्किल आउंदियां, बहुत दिक्कत आउंदियां, काम नहीं मिलता। सब तों पहली काम आ कि असीं इंडिया तों आउणा वा इत्थे काम करन दे लई आउणा, कच्चे बंदे को पेपरां तों बिना डॉक्यूमेंट तों बिना तुसीं ट्रेन च नहीं जा सकदे, बस च नहीं जा सकदे, जिथे तुसीं फड़े गए तुहाडे फिंगर हो जाणे, तुहानूं की पता डिपोर्ट वी कर सकदे है ना। चलो डिपोर्ट दा तां मैं नहीं कहिंदा है ना, पर फिर भी हर टाइम डर च ही रहना पैंदा बंदे नूं। ਅਤੇ ਜੇ ਤੁਸੀਂ ਆਣ ਕੇ ਇੱਥੇ ਦੁਬਾਰਾ ਪੇਪਰ ਵੀ ਬਣਾਉਂਦੇ ਹੋ ਫਿਰ ਵੀ ਕਿੰਨੇ ਪੈਸੇ ਲੱਗ ਜਾਂਦੇ ਆ। ਇਸ ਗੱਲ ਕਰਕੇ ਬਾਈ ਜੀ ਐਂਟਰੀ 'ਤੇ ਕਾਂਟਾ ਮਾਰ ਦਿਓ ਕਿ ਐਂਟਰੀ 'ਤੇ ਨਹੀਂ ਜਾਣਾ, ਜਾਣਾ ਪੇਪਰਾਂ ਪੇਪਰ ਬਣਾਉਂਗੇ ਤਾਂ ਜਾਣਾ, 1 ਲੱਖ ਰੁਪਇਆ ਵੱਧ ਦੇ ਦਿਓ, 2 ਲੱਖ ਵੱਧ ਦੇ ਦਿਓ, ਪਰ ਪੇਪਰਾਂ ਦੀ ਗੱਲ ਕਰਕੇ ਆਇਓ, ਬਿਨਾਂ ਪੇਪਰਾਂ ਤੋਂ ਨਾ ਗੱਲ ਕਰਕੇ ਆਇਓ। 9 ਮਹੀਨੇ ਵਾਲੇ ਪੇਪਰ ਇਹ ਆ ਕਿ ਥੋੜ੍ਹਾ ਟਾਈਮ ਬੱਝਣਾ ਪੈਂਦਾ ਵਾ, 6 ਮਹੀਨੇ, ਸਾਲ, 1.5 ਸਾਲ, ਜਿੰਨੇ ਟਾਈਮ ਤੱਕ ਤੁਹਾਨੂੰ ਦੁਬਾਰਾ ਸੰਜੋਰ ਨੂੰ ਨੋਰਮਲ ਕੰਮ ਵਾਲੀ ਮਿਲਦੀ ਹੈ ਨਾ, ਉਹ ਸੀਜ਼ਨ ਵਾਲੇ ਹੁੰਦੇ ਆ ਕਿ ਸਾਨੂੰ ਇੱਕ ਹੀ ਸੀਜ਼ਨ ਬੰਦਾ ਚਾਹੀਦਾ, ਇਸ ਤੋਂ ਬਾਅਦ ਨਹੀਂ ਚਾਹੀਦਾ, ਉਹ ਫਿਰ ਰੀਨਿਊ ਕਰਾਉਣੀ ਪੈਂਦੀ ਆ ਉਹਨਾਂ ਨੂੰ, ਦੁਬਾਰਾ ਅਪਲਾਈ ਕਰਨੀ ਪੈਂਦੀ ਆ, ਉਹੀ ਮਾਲਕ ਕਰ ਸਕਦਾ ਜਿੱਥੋਂ ਤੁਸੀਂ ਆਉਣਾ। ਅਤੇ ਆਪਣੀ ਪੱਕੀ ਗੱਲ ਕਰਕੇ ਆਇਆ ਕਰੋ। ਅਤੇ ਫਿਰ ਮੈਂ ਇੱਕ ਵਾਰੀ ਤੁਹਾਨੂੰ ਫਿਰ ਰਿਪੀਟ ਕਰ ਦੇਵਾਂ, ਬਿਨਾਂ ਸੋਚੇ ਸਮਝੇ ਕਿਸੇ ਨੂੰ ਵੀ ਐਡਵਾਂਸ ਪੈਸੇ ਨਾ ਦਿਆ ਕਰੋ, ਕਿਉਂਕਿ 2-2.5 ਲੱਖ ਬੰਦਾ ਪੇਪਰ ਭਰੇ ਜਾਂਦੇ ਆ, ਉਹਦੇ ਵਿੱਚੋਂ 20,000 ਬੰਦੇ ਦੇ ਪੇਪਰ ਨਿਕਲਣੇ ਆ, ਕਿਉਂਕਿ ਇੰਡੀਅਨ ਕੋਟਾ 20,000 ਦਾ ਹੀ ਸਿਰਫ, ਵੱਧ ਗਿਆ ਹੋਵੇ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਨਾ, ਕੋਈ ਜਾਣਕਾਰੀ ਨਹੀਂ, ਪਰ 20,000 ਕੋਟਾ ਸੁਣਿਆ ਸੀ ਮੈਂ ਕਿ 20,000 ਬੰਦਿਆਂ ਦੇ ਨਿਕਲਣੇ ਆ। ਅਤੇ ਹੁਣ ਦੇਖ ਲਓ ਤੁਸੀਂ ਕਿ ਜੇ ਤੁਸੀਂ ਪੈਸੇ ਪਹਿਲਾਂ ਐਡਵਾਂਸ ਦੇ ਦਿਓਗੇ ਉਹਦਾ ਕੀ ਪਤਾ ਨਿਕਲਣੇ ਜਾਂ ਨਹੀਂ ਨਿਕਲਣੇ। ਬਾਕੀ ਯਕੀਨ ਵਾਲੇ ਬੰਦੇ ਤੋਂ ਹੀ ਪੇਪਰ ਭਰਵਾਓ, ਠੀਕ ਹੈ ਜੀ। ਆਹੀ ਗੱਲ ਆ ਕੰਮਾਂ ਦੇ ਹਾਲਾਤ, ਹੁਣ ਜਿਨ੍ਹਾਂ ਕੋਲ ਪੇਪਰ ਆ ਯਾਰ ਕੰਮ ਠੀਕ ਹੈ ਯਾਰ, ਔਖਾ ਸੌਖਾ ਹੋ ਕੇ ਇੱਧਰ ਦੌੜ ਭੱਜ ਕਰਕੇ ਕਿਤੇ ਨਾ ਕਿਤੇ ਮਿਲ ਹੀ ਜਾਂਦਾ, ਜੇ ਪੇਪਰ ਹੋਣਾ ਫਿਰ ਤਾਂ ਬੰਦਾ ਦੌੜ ਭੱਜ ਕਰਦਾ ਹੀ ਆ, ਕਦੇ ਇੱਧਰ ਜਾ ਕਦੇ ਉੱਧਰ ਜਾ, ਕਿਸੇ ਨਾ ਕਿਸੇ ਏਰੀਏ 'ਚ ਜਾਂ ਕਿਤੇ ਨਾ ਕਿਤੇ ਕੰਮ ਪਰਮਾਤਮਾ ਤੁਹਾਨੂੰ ਦਵਾ ਹੀ ਦਿੰਦਾ, ਕੋਈ ਵੱਡੀ ਗੱਲ ਨਹੀਂ ਆ ਕੰਮ ਦੀ। ਅਤੇ ਬਾਕੀ ਜ਼ਰੂਰ ਯਾਰ ਆਓ, ਹਰ ਇੱਕ ਦੀ ਮਜਬੂਰੀ ਆ, ਹਰ ਇੱਕ ਨਾ ਆਪਣੇ ਘਰ ਦੀਆਂ ਸੌ ਮਜਬੂਰੀਆਂ ਹੁੰਦੀਆਂ ਮੇਰੇ ਭਰਾ, ਹੈ ਨਾ ਸਾਰੇ ਆਪਾਂ ਨੇ, ਮੈਂ ਕਦੇ ਵੀ ਨਹੀਂ ਕਹੂੰਗਾ ਤੁਹਾਨੂੰ ਕਿ ਨਾ ਆਓ ਵੀਰ ਜੀ, ਵੈਲ ਹਰ ਬੰਦਾ ਆਪਣੇ ਵੱਲੋਂ ਵੈਲਕਮ ਆ ਜੀ, ਆਓ ਪੱਕੇ ਪੈਰੀ ਆਓ, ਸੋਚ ਸਮਝ ਕੇ ਆਓ, ਅਤੇ ਦੂਸਰੀ ਗੱਲ ਪੇਪਰਾਂ ਦੀ ਗੱਲ ਕਰਕੇ ਆਓ, ਕੱਚੇ ਪੈਰੀ ਨਾ ਆਓ, ਜਾਂ ਇਕੱਲੀ ਐਂਟਰੀ ਦੀ ਗੱਲ ਕਰਕੇ ਨਾ ਆਓ, ਫਿਰ ਬਹੁਤ ਧੱਕੇ ਹੀ ਹੋ। ਅਤੇ ਹਮੇਸ਼ਾ ਕਮੈਂਟ ਤੁਸੀਂ ਰੀਡ ਕਰਿਆ ਕਰੋ, ਉਹਦੇ ਵਿੱਚ ਦੱਸ ਰਹੇ ਹੁੰਦੇ ਬਾਈ ਜਿਹੜੇ ਧੱਕੇ ਖਾ ਰਹੇ ਹੁੰਦੇ ਆ, ਜਿਹੜੇ ਸਿਰਫ ਐਂਟਰੀ 'ਤੇ ਆ ਜਾਂਦੇ ਆ। ਅਤੇ ਇਹੀ ਗੱਲਾਂ ਬਾਤਾਂ ਜੀ, ਅਤੇ ਜੇ ਵੀਡੀਓ ਵਧੀਆ ਲੱਗੀ ਆ ਅਤੇ ਇੱਕ ਮੋਟੀਵੇਸ਼ਨ ਦੇ ਲਈ ਕਮੈਂਟ ਜ਼ਰੂਰ ਕਰ ਦਿਆ ਕਰੋ ਬਸ। ਅਤੇ ਅਗਲੀ ਵੀਡੀਓ ਜਲਦੀ ਲੈ ਕੇ ਆਉਂਦੇ ਹਾਂ ਜੀ, ਧੰਨਵਾਦ ਜੀ।